ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਜਿਹੜੀ ਅਪਡੇਟ ਲੈ ਕੇ ਆਇਆ ਉਹ ਲੈ ਕੇ ਆਇਆ ਜੀ ਪੰਜਾਬ ਸਟੇਟ ਰੂਰਲ ਲਿਵਲੀਹੂਡ ਮਿਸ਼ਨ ਪੀਐਸਆਰਐਲਐਮ ਦਾ ਪੇਪਰ ਜਿਹੜਾ ਹੋਇਆ ਸੀਗਾ ਥਾਪਰ ਵੱਲੋਂ ਪੇਪਰ ਲਿਆ ਗਿਆ ਸੀਗਾ ਵੇਰੀਅਸ ਜਿਹੜੀਆਂ ਇਹਦੇ ਵਿੱਚ ਪੋਸਟਾਂ ਸੀਗੀਆਂ ਡੀਪੀਐਮ, ਬੀਪੀਐਮ, ਕਲਸਟਰ ਕੋਆਰਡੀਨੇਟਰ ਉਸ ਤੋਂ ਇਲਾਵਾ ਤੁਹਾਡੇ ਯੰਗ ਪ੍ਰ ਤੇ ਬੀਪੀਐਮ ਦੇ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਦੋ ਤਿੰਨ ਤਰ੍ਹਾਂ ਦੀਆਂ ਪੋਸਟਾਂ ਸੀ ਇਸ ਤੋਂ ਇਲਾਵਾ ਅਕਾਊਂਟੈਂਟ ਦੀਆਂ ਪੋਸਟਾਂ ਸੀ ਐਮਆਈਐਸ ਦੀਆਂ ਪੋਸਟਾਂ ਸੀ ਤਾਂ तमाम ਪੋਸਟਾਂ ਦਾ ਪੇਪਰ ਜਿਹੜਾ 30 ਦਸੰਬਰ 2022 ਨੂੰ ਹੋਇਆ ਸੀਗਾ ਤੇ ਪੇਪਰ ਹੋਣ ਤੋਂ ਬਾਅਦ ਅਨਸਰ ਦੀ ਵਗੈਰਾ ਆ ਗਈ ਸੀ ਤੇ ਅਨਸਰ ਕੀਤੇ ਓਬਜੈਕਸ਼ਨ ਮੰਗੇ ਗਏ ਸੀਗੇ ਉਸ ਤੋਂ ਬਾਅਦ ਓਬਜੈਕਸ਼ਨ ਵਗੈਰਾ ਮੰਗਣ ਤੋਂ ਬਾਅਦ ਹੁਣ ਜਿਹੜਾ ਤੁਹਾਡਾ ਰਿਟਨ ਟੈਸਟ ਸੀਗਾ ਰਿਟਨ ਟੈਸਟ ਦਾ ਸਕੋਰ ਹੈ ਜਿਹੜਾ ਤੁਹਾਡੇ ਲੌਗਇਨ ਆਈਡੀ ਦੇ ਵਿੱਚ ਆ ਚੁੱਕਿਆ ਠੀਕ ਆ ਜੋ ਜੋ ਵੀ ਪੋਸਟ ਲਈ ਤੁਸੀਂ ਅਪਲਾਈ ਕੀਤਾ ਸੀ ਉਸ ਪੋਸਟ ਲਈ ਆਪਣੀ ਲੌਗਇਨ ਆਪਣਾ ਸਕੋਰ ਚੈੱਕ ਕਰ ਸਕਦੇ ਹੋ ਰਿਟਨ ਟੈਸਟ ਤੁਹਾਡੇ ਕਿੰਨੇ ਮਾਰਕਸ ਆਏ ਆ ਠੀਕ ਹੈ ਜੀ ਤੇ ਇਹ ਲੌਗ ਇਨ ਕਰਨ ਤੋਂ ਬਾਅਦ ਹੀ ਜਿਹੜਾ ਚੈੱਕ ਹੋਣਾ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੇ ਕਿਸੇ ਨੇ ਮਲਟੀਪਲ ਪੋਸਟਾਂ ਲਈ ਅਪਲਾਈ ਕੀਤਾ ਸੀ ਤਾਂ ਉਹ ਵੱਖਰੀ ਵੱਖਰੀ ਪੋਸਟ ਦਾ ਵੱਖਰਾ ਵੱਖਰੇ ਤੁਹਾਨੂੰ ਕ੍ਰੈਡੈਂਸ਼ੀਅਲਸ ਮਿਲੇ ਹੋਣਗੇ ਵੱਖਰੀ ਵੱਖਰੀ ਲੌਗ ਇਨ ਆਈਡੀ ਤੁਹਾਡੀ ਹੋਵੇਗੀ ਤਾਂ ਉਸ ਲੌਗ ਇਨ ਆਈਡੀ ਨਾਲ ਤੁਸੀਂ ਲੌਗ ਇਨ ਕਰਕੇ ਚੈੱਕ ਕਰ ਸਕਦੇ ਹੋ ਤੇ ਇਹਦੇ ਸਬੰਧੀ ਜੇ ਕਿਸੇ ਨੂੰ ਆਪਣੇ ਰਿਟਨ ਟੈਸਟ ਸਕੋਰ ਤੇ ਕੋਈ ਆਬਜੈਕਸ਼ਨ ਹੋਏਗੀ ਤਾਂ ਉਹ ਆਬਜੈਕਸ਼ਨ ਫਾਈਲ ਕਰ ਸਕਦਾ 9 ਜਨਵਰੀ 2023 ਸ਼ਾਮ 5 ਵਜੇ ਤੱਕ ਠੀਕ ਹੈ ਜੀ ਤੇ ਈਮੇਲ ਦੇ ਥਰੂ ਫਾਈਲ ਕਰ ਸਕਦੇ ਹੋ psarlm2022@thappar.edu ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਤਾਂ ਉਹ ਕੋਈ ਦਿੱਕਤ ਨਹੀਂ ਜੇ ਕਿਸੇ ਨੂੰ ਹੈਗੀ ਹੈ ਤਾਂ 9 ਜਨਵਰੀ ਤੱਕ ਆਪਣੀ ਆਬਜੈਕਸ਼ਨ ਫਾਈਲ ਕਰ ਸਕਦੇ ਹੋ ਆਫਟਰ दैट ਜਿਹੜਾ 2-3 ਦਿਨਾਂ ਬਾਅਦ ਜਿਹੜੀ ਕੁਆਲੀਫਾਈਡ ਕੈਂਡੀਡੇਟਸ ਦੀ ਲਿਸਟ ਜਿਹੜੀ ਵੈਬਸਾਈਟ ਤੇ ਉਹਦੀ ਆ ਜਾਏਗੀ ਤੇ ਆਪਣਾ ਆਪਣਾ ਸਕੋਰ ਚੈੱਕ ਕਰਕੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਕੋਰ ਜ਼ਰੂਰ ਮੈਂਸ਼ਨ ਕਰੋ ਤਾਂਕਿ ਬਾਕੀ ਕੈਂਡੀਡੇਟਸ ਨੂੰ ਵੀ ਕੰਪੀਟੀਸ਼ਨ ਦਾ ਜਿਹੜਾ ਪਤਾ ਲੱਗ ਸਕੇ ਤੇ ਜੇ ਕਿਸੇ ਨੇ ਪੇਪਰ ਦਿੱਤਾ ਸੀਗਾ ਤਾਂ ਉਹਨਾਂ ਦਾ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਨੀਚੇ ਸ਼ੇਅਰ ਬਟਨ ਤੇ ਕਲਿੱਕ ਕਰਕੇ ਤੇ ਬਾਕੀ ਅਪਡੇਟਸ ਸੀ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸასი ਸ਼ਕਲ